ਇਹ ਤਸਵੀਰਾਂ ਨੇ ਨਾਭਾ ਦੇ ਵਾਲ ਵਿਕਾਸ ਤੇ ਪੰਚਾਇਤ ਅਫਸਰ ਦੇ ਦਫ਼ਤਰ ਦੀਆਂ, ਜਿੱਥੇ ਖਾਲੀ ਕੁਰਸੀਆਂ ਤੇ ਸਟਾਫ ਦੀ ਗੈਰਹਾਜ਼ਰੀ ਦੇਖ ਕੇ ਤੁਹਾਨੂੰ ਇੰਜ ਮਹਿਸੂਸ ਹੋਵੇਗਾ ਕਿ ਜਿਵੇਂ ਇੱਥੇ ਕੋਈ ਹੜਤਾਲ ਚੱਲ ਰਹੀ ਹੋਵੇ। ਪਰ ਨਹੀਂ ਜਨਾਬ, ਨਾ ਤਾਂ ਇੱਥੇ ਕੋਈ ਹੜਤਾਲ ਹੈ ਤੇ ਨਾ ਸਾਰਾ ਸਟਾਫ ਛੁੱਟੀ ਤੇ ਹੈ, ਬਲਕਿ ਇੱਥੇ ਤਾਂ ਉਹ ਕੰਮ ਹੋਇਆ ਜਿਹੜਾ ਅਕਸਰ ਵਪਾਰੀਆਂ ਨਾਲ ਹੁੰਦਾ। ਜੀ ਹਾਂ, ਵਪਾਰੀਆਂ ਨਾਲ, ਕਿਉਂਕਿ ਇੱਥੇ ਇਨਕਮ ਟੈਕਸ ਦੀ ਰੇਡ ਪਈ ਹੈ। ਹੁਣ ਤੁਸੀਂ ਹੈਰਾਨ ਹੋਵੋਗੇ ਕਿ ਸਰਕਾਰੀ ਦਫ਼ਤਰ 'ਚ ਇਨਕਮ ਟੈਕਸ ਦੀ ਰੇਡ, ਤੇ ਅਸੀਂ ਕਹਾਂਗੇ ਹਾਂ ਬਿਲਕੁਲ ਸੱਚ ਹੈ। ਤੇ ਇਹ ਰੇਡ ਮਾਰੀ ਹੈ ਪਟਿਆਲਾ ਦੇ ਇਨਕਮ ਟੈਕਸ ਅਧਿਕਾਰੀ MS ਟਿਵਾਨਾ ਨੇ, ਜਿਹੜੇ ਇੱਥੇ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੇ ਵਿਕਾਸ ਲਈ ਦਿੱਤੀ ਜਾਣ ਵਾਲੀ ਕਰੋੜਾਂ ਦੀ ਗ੍ਰਾਂਟ ਸੰਬੰਧੀ ਇਹ ਜਾਂਚ ਕਰਨ ਆਏ ਸਨ ਕਿ ਇੱਥੇ ਬੈਠੇ ਅਧਿਕਾਰੀ ਗ੍ਰਾਂਟ ਖਰਚਣ ਲੱਗਿਆ ਉਸ ਵਿੱਚੋਂ TDS ਕੱਟਦੇ ਨੇ ਜਾਂ ਨਹੀਂ। ਤੇ ਤਸਵੀਰਾਂ 'ਚ ਤੁਸੀਂ ਦੇਖ ਲਓ ਕਿ ਇਸ ਦਾ ਜਵਾਬ ਦੇਣ ਦੀ ਬਜਾਏ ਇਸ ਦਫ਼ਤਰ ਦੇ ਅਧਿਕਾਰੀ ਤੇ ਕਰਮਚਾਰੀ ਇੱਥੋਂ ਇੰਜ ਦੌੜ ਗਏ ਜਿਵੇਂ ਇਨਕਮ ਟੈਕਸ ਵਾਲਿਆਂ ਨੂੰ ਦੇਖ ਕੇ ਅਕਸਰ ਇਨਕਮ ਟੈਕਸ ਚੋਰ ਦੌੜਿਆ ਕਰਦੇ ਨੇ, ਘਰ ਬਾਰ ਤੇ ਕਾਰੋਬਾਰ ਖੁੱਲ੍ਹੇ ਛੱਡ ਕੇ। ਵੀ ਉਹ ਪ੍ਰੋਪਰ ਫੰਡ ਨੇ, ਬਜਟ ਗੌਰਮੈਂਟ ਅਲੋਟ ਕਰਦੇ ਆ ਪੰਜਾਬ ਗੌਰਮੈਂਟ, ਵੀ ਉਹਦਾ TDS ਕੱਟਿਆ ਜਾਂਦਾ ਕਿ ਨਹੀਂ ਕੱਟਿਆ ਜਾਂਦਾ, ਜਦ ਕਿ ਸਾਨੂੰ ਕੋਈ ਅਜੇ ਬੰਦਾ ਬਿਲਕੁਲ ਆਫਿਸਰ ਹੋਇਆ ਜਿਹੜਾ ਸਾਨੂੰ ਪ੍ਰੋਪਰ ਇਨਫੋਰਮੇਸ਼ਨ ਦੇ ਸਕੇ। ਕੋਈ ਨਹੀਂ ਹੈਗਾ ਜੀ ਇੱਥੇ, ਕੋਈ ਨਹੀਂ। ਤੁਹਾਨੂੰ ਕਿੰਨਾ ਟਾਈਮ ਹੋ ਗਿਆ ਇੱਥੇ? ਅਸੀਂ 2 ਵਜੇ ਆਏ ਸੀ, 2 ਵਜੇ ਦੇ ਆ ਕੇ 4-4:30 ਵਜੇ ਦਾ ਟਾਈਮ ਹੋਇਆ, ਮਤਲਬ ਕੋਈ ਵਿਭਾਗ ਦਾ ਨਹੀਂ? ਕੋਈ ਵਿਭਾਗ ਦਾ ਨਹੀਂ। ਲੱਗਦਾ ਵੀ ਦਾਲ 'ਚ ਕੁਛ ਕਾਲਾ ਹੋਊਗਾ ਤਾਂ ਹੀ ਨਹੀਂ ਆਏ ਹੈਗੇ। ਆਈ ਡੋਂਟ ਨੋ, ਅਜੇ ਤਾਂ ਕੋਈ ਦਾਲ ਪ੍ਰੋਪਰ ਜੇ ਬਣਾਉਣਗੇ ਤਾਂ ਹੀ ਪਤਾ ਲੱਗਣਾ। ਇਸ ਬਾਰੇ ਘਟਨਾਕ੍ਰਮ ਦੌਰਾਨ ਦਿਲਚਸਪ ਪਹਿਲੂ ਇਹ ਹੈ ਕਿ ਮੌਕੇ ਤੇ ਪਹੁੰਚੇ ਇਨਕਮ ਟੈਕਸ ਅਧਿਕਾਰੀਆਂ ਨੇ ਮਹਿਕਮੇ ਦੇ ਮੁਲਾਜ਼ਮਾਂ ਤੇ ਅਧਿਕਾਰੀਆਂ ਨੂੰ ਫੋਨ ਕਰਕੇ ਬੁਲਾਉਣ ਦੀ ਵੀ ਪੁਰਜ਼ੋਰ ਕੋਸ਼ਿਸ਼ ਕੀਤੀ, ਜਿੱਥੇ ਵੀਡੀਓ ਅਜੈਬ ਸਿੰਘ ਦਾ ਕਹਿਣਾ ਹੈ ਕਿ ਉਹ ਚੰਡੀਗੜ੍ਹ ਨੇ, ਉੱਥੇ ਦੂਜੇ ਪਾਸੇ ਸੈਕਟਰੀ, ਅਕਾਊਂਟੈਂਟ ਤੇ ਹੋਰ ਅਧਿਕਾਰੀਆਂ ਤੇ ਕਰਮਚਾਰੀਆਂ ਨੇ ਤਾਂ ਫੋਨ ਚੱਕ ਕੇ ਜਵਾਬ ਦੇਣਾ ਵੀ ਮੁਨਾਸਿਬ ਨਹੀਂ ਸਮਝਿਆ। ਕਰੋੜਾਂ ਰੁਪਏ ਗ੍ਰਾਂਟ ਹੋ ਦਿੰਦੇ ਨੇ ਤੇ ਉਹ ਪਿੰਡ ਵਾਲਿਆਂ ਨੂੰ ਗਲੀਆਂ ਨਾਲੀਆਂ ਪੱਕੇ ਕਰਨ ਵਾਸਤੇ ਯੂਜ਼ ਕਰਦੇ ਨੇ। ਜਦੋਂ ਲੋਕ ਦਾਲ ਚ ਕਾਲਾ ਜਾਂ ਪੂਰੀ ਦਾਲ ਹੀ ਕਾਲੀ ਕਹਿਣਗੇ, ਫਿਰ ਦੇਖੋ ਉਹਨਾਂ ਲੋਕਾਂ ਨੂੰ ਇਸ ਮਹਿਕਮੇ ਵਾਲੇ ਕਿੰਜ ਮਿਹਣੇ ਮਾਰ ਮਾਰ ਕੇ ਬੇਇੱਜ਼ਤ ਕਰਨ ਵਾਲਾ ਕਰ ਦੇਣਗੇ। ਪਰ ਇਸ ਗੱਲ ਦਾ ਕਿਸੇ ਕੋਲ ਸ਼ਾਇਦ ਹੀ ਕੋਈ ਜਵਾਬ ਹੋਵੇ ਕਿ ਇੰਜ ਡਿਊਟੀ ਤੋਂ 1-2 ਨਹੀਂ ਬਲਕਿ ਪੂਰਾ ਸਟਾਫ ਦਫ਼ਤਰ ਖੁੱਲ੍ਹਾ ਛੱਡ ਕੇ ਗੈਰ ਹਾਜ਼ਰ ਕਿਉਂ, ਕਿਵੇਂ ਤੇ ਕਿਸ ਕਾਰਨ ਹੋ ਗਿਆ। ਹਕੀਕਤ TV ਪੰਜਾਬੀ ਲਈ ਨਾਭਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਰਿਪੋਰਟ।